ਹੈਲੋ ਗਾਈਸ, ਤੁਸੀਂ ਵੇਖ ਰਹੇ ਹੋ ਸਮਾਣਾ ਹਲਚਲ ਨਿਊਜ਼। ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ। ਸਮਾਣਾ ਤੋਂ ਕੁਝ ਹੀ ਦੂਰੀ 'ਤੇ ਪ੍ਰਾਚੀਨ ਮੰਦਿਰ ਮਾਤਾ ਮੈਸਰ ਦਾ, ਜਿੱਥੇ ਲੱਖਾਂ ਦੀ ਤਾਦਾਦ ਵਿੱਚ ਦੂਰੋਂ ਦੁਰਾਡ ਭਗਤ ਆਉਂਦੇ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਮੰਗਦੇ ਹਨ ਅਤੇ ਪੂਰੀਆਂ ਹੁੰਦੀਆਂ ਹਨ, ਜਿੱਥੇ ਮੰਦਿਰ ਕਮੇਟੀ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਗੱਡੀਆਂ ਲਈ, ਵਹੀਕਲਾਂ ਲਈ, ਭਗਤਾਂ ਦੇ ਮੱਥਾ ਟੇਕਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ, ਜਿਸ ਦਾ ਅਸੀਂ ਧੰਨਵਾਦ ਕਰਦੇ ਹਾਂ ਮੰਦਿਰ ਕਮੇਟੀ ਦਾ, ਜਿਨ੍ਹਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਸੰਗਤਾਂ ਲਈ। ਇਹ ਮੇਲਾ ਨਵਰਾਤਰਿਆਂ ਤੋਂ ਅਸ਼ਟਮੀ ਦੇ ਇੱਕ ਦਿਨ ਬਾਅਦ ਹਰ ਸਾਲ ਭਰਦਾ ਹੈ ਅਤੇ ਇਸ ਮੇਲੇ ਵਿੱਚ ਪਹਿਲਵਾਨਾਂ ਵੱਲੋਂ ਆਪਣੇ ਜੌਹਰ ਵੀ ਵਿਖਾਏ ਜਾਂਦੇ ਹਨ ਅਤੇ ਮੰਦਿਰ ਦੀ ਹਦੂਦ ਅੰਦਰ ਝੂਲੇ ਵੀ ਲੱਗੇ ਹੋਏ ਹਨ, ਜਿੱਥੇ ਬੱਚੇ ਆਪਣੇ ਵੱਡੇ ਛੋਟੇ ਬੱਚੇ ਇੰਜੋਏ ਕਰਦੇ ਹਨ ਅਤੇ ਇੱਥੇ ਦੁਕਾਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਦੁਕਾਨਾਂ ਲੱਗਦੀਆਂ ਹਨ, ਜਿੱਥੇ ਗਾਹਕ ਆਪਣੀ ਖਰੀਦਦਾਰੀ ਕਰਦੇ ਹਨ। ਤਰ੍ਹਾਂ ਤਰ੍ਹਾਂ ਦੀਆਂ ਦੁਕਾਨਾਂ, ਪਕੌੜਿਆਂ ਦੀਆਂ ਦੁਕਾਨਾਂ, ਖੇਡ ਖਿਡੌਣਿਆਂ ਦੀਆਂ ਦੁਕਾਨਾਂ, ਜੂਸ ਦੀਆਂ ਦੁਕਾਨਾਂ ਲੱਗਦੀਆਂ ਹਨ। ਮੇਲਾ ਮੈਸਰ ਮੰਦਿਰ ਕਮੇਟੀ ਦਾ ਬਹੁਤ ਹੀ ਮਸ਼ਹੂਰ ਮੇਲਾ ਭਰਦਾ ਹੈ, ਜੋ ਹਰ ਸਾਲ ਭਰਦਾ ਹੈ। ਤੁਸੀਂ ਵੇਖ ਰਹੇ ਹੋ ਮੰਦਿਰ ਮੈਸਰ ਦਾ ਭਵਨ, ਜਿੱਥੋਂ ਹਰ ਮੁਰਾਦ ਪੂਰੀ ਹੁੰਦੀ ਹੈ। ਅਤੇ ਅੱਗੇ ਵੀ ਤੁਹਾਨੂੰ ਇਸੇ ਤਰ੍ਹਾਂ ਹੀ ਸ਼ਹਿਰ ਦੇ ਇਤਿਹਾਸਿਕ ਪ੍ਰਾਚੀਨ ਮੰਦਿਰ ਅਤੇ ਹੋਰ ਵੀਡੀਓ ਤੁਹਾਡੇ ਤੱਕ ਲੈ ਕੇ ਪਹੁੰਚਿਆ ਕਰਾਂਗੇ। ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਿਆ ਕਰੋ। ਧੰਨਵਾਦ ਕਰਦੇ ਹਾਂ ਤੁਹਾਡਾ। ਵੇਖਦੇ ਰਹੋ ਸਮਾਣਾ ਹਲਚਲ ਨਿਊਜ਼। ਬੀ ਕੇ ਮਿੱਤਲ ਜੀ।
ਬਲਵਿੰਦਰ ਜੀ ਮਿੱਤਲ ਸਾਡੇ ਸਮਾਣਾ ਤੋਂ 1100 ਰੁਪਏ ਦੀ ਸੇਵਾ ਮਾਂ ਮਾਈ ਦੇ ਚਰਨਾਂ 'ਚ, ਬਹੁਤ ਬਹੁਤ ਧੰਨਵਾਦ। ਪੰਜਾਹ ਰੁਪਏ ਗੁਪਤਦਾਰ ਮਹਾਂ ਕਲਿਆਣ। ਠੀਕ ਹੈ ਜੀ।